It's your body, Honey Bobo. ਤੈਨੂੰ ਕਲੀ ਲਿਖਾਂ ਜਾਂ ਫੁੱਲ ਕੋਈ ਜਾਂ ਰੱਬ ਦੀ ਸੋਹਣੀ ਭੁੱਲ ਕੋਈ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਜਾਂ ਰਾਤ 'ਚ ਬਲਦਾ ਦੀਪ ਲਿਖਾਂ ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਪੰਜਾਬੀ ਫਿਲਮ ਇੰਡਸਟਰੀ ਦੀ ਸ਼ਾਨ, ਸੋਹਣੀ ਸੁਨੱਖੀ ਮੁਟਿਆਰ, ਨਾਮਵਰ ਐਕਟਰੈਸ ਜਪਜੀ ਖਹਿਰਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਜਪਜੀ ਖਹਿਰਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਤੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਤੇ ਇਸ ਦੇ ਨਾਲ ਹੀ ਜੋ ਤੁਸੀਂ ਅਕਸਰ ਹੀ ਸਵਾਲ ਪੁੱਛਦੇ ਰਹਿੰਦੇ ਹੋ ਕਿ ਉਹਨਾਂ ਦੀ ਮੈਰਿਜ ਹੋਈ ਆ ਜਾਂ ਨਹੀਂ, ਉਹਨਾਂ ਦੀ ਪਰਸਨਲ ਲਾਈਫ ਬਾਰੇ ਜਾਣਨਾ ਚਾਹੁੰਦੇ ਸੀ, ਸੋ ਆਪਾਂ ਉਸ ਸਵਾਲ ਦਾ ਵੀ ਤੁਹਾਡਾ ਜਵਾਬ ਦੇਵਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਜੀ ਕੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀ ਵੀਡੀਓਜ਼ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਜਪਜੀ ਖਹਿਰਾ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਜਪਜੀ ਖਹਿਰਾ ਦਾ ਜਨਮ ਪਿੰਡ ਸਾਰਚੂਰ, ਤਹਿਸੀਲ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਵਿਖੇ ਹੋਇਆ। ਸੰਨ 1996 ਵਿੱਚ ਜਪਜੀ ਖਹਿਰਾ ਦਾ ਪਰਿਵਾਰ ਆਸਟ੍ਰੇਲੀਆ ਜਾ ਕੇ ਵੱਸ ਗਿਆ ਤੇ ਜਪਜੀ ਖਹਿਰਾ ਨੇ ਆਪਣੀ ਸਕੂਲਿੰਗ ਵੀ ਉੱਥੋਂ ਹੀ ਕੀਤੀ। ਜਿਸ ਸਮੇਂ ਜਪਜੀ ਖਹਿਰਾ ਆਸਟ੍ਰੇਲੀਆ ਵਿਖੇ ਸਕੂਲ ਵਿੱਚ ਪੜ੍ਹਦੀ ਸੀ ਤਾਂ ਉੱਥੇ ਵੀ ਉਹ ਅਕਸਰ ਹੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਸੀ ਤੇ ਜਪਜੀ ਖਹਿਰਾ ਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਖਾਸ ਤੌਰ ਤੇ ਪੰਜਾਬੀ ਭੰਗੜਾ ਤੇ ਗਿੱਧੇ ਦਾ। ਇਸੇ ਕਾਰਨ ਉਹ ਜਦੋਂ 11ਵੀਂ ਕਲਾਸ ਵਿੱਚ ਸੀ ਤਾਂ ਉਹਨਾਂ ਨੇ ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧਾ ਪਰਫਾਰਮ ਕੀਤਾ, ਜਿਸ ਨੂੰ ਵੇਖ ਕੇ ਸਾਰੇ ਗੋਰੇ ਵੀ ਬਹੁਤ ਹੈਰਾਨ ਹੋਏ ਤੇ ਉਹਨਾਂ ਦੀ ਪਰਫਾਰਮੈਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਇਸ ਤੋਂ ਬਿਨਾਂ ਜਪਜੀ ਖਹਿਰਾ ਆਸਟ੍ਰੇਲੀਆ ਵਿਖੇ ਅਕਸਰ ਹੀ ਜੋ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਉਸ ਵਿੱਚ ਪਰਫਾਰਮ ਕਰਦੇ ਸੀ, ਭਾਗ ਲੈਂਦੇ ਸੀ ਤੇ ਜਪਜੀ ਖਹਿਰਾ ਨੇ ਕਾਫੀ ਸਮਾਂ ਅਲੱਗ ਅਲੱਗ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਸਟ੍ਰੇਲੀਆ ਵਿਖੇ ਐਂਕਰਿੰਗ ਵੀ ਕੀਤੀ। ਚਾਹੇ ਜਪਜੀ ਖਹਿਰਾ ਜੀ ਬਹੁਤ ਹੀ ਛੋਟੀ ਉਮਰ ਵਿੱਚ ਆਸਟ੍ਰੇਲੀਆ ਚਲੇ ਗਏ ਸੀ, ਪਰ ਫਿਰ ਵੀ ਉਹਨਾਂ ਦਾ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਪਿਆਰ ਆ। ਇਸੇ ਕਾਰਨ ਉਹ ਆਸਟ੍ਰੇਲੀਆ ਵਿਖੇ ਬਹੁਤ ਸਾਰੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੀ ਸਿਖਾਉਂਦੇ ਸੀ, ਇਸ ਲਈ ਉਹਨਾਂ ਨੂੰ ਕਾਫੀ ਮਾਣ ਸਨਮਾਨ ਵੀ ਮਿਲਿਆ। ਇਸ ਤੋਂ ਬਿਨਾਂ ਦੋਸਤੋ, ਜਪਜੀ ਖਹਿਰਾ ਨੂੰ ਬਚਪਨ ਤੋਂ ਹੀ ਡਾਂਸ ਤੇ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਇੱਕ ਪੰਜਾਬੀ ਮੁਟਿਆਰ ਹੋਣ ਦੇ ਨਾਂ ਤੇ ਉਹ ਸੋਹਣੀ ਸੁਨੱਖੀ ਵੀ ਸੀ। ਇਸੇ ਕਾਰਨ ਉਹਨਾਂ ਨੇ ਫਿਰ ਸੰਨ 2003 ਤੋਂ ਹੀ ਅਲੱਗ ਅਲੱਗ ਬਿਊਟੀ ਕੰਟੈਸਟ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਤੇ ਬਹੁਤ ਸਾਰੇ ਬਿਊਟੀ ਕੰਟੈਸਟ ਵੀ ਉਹਨਾਂ ਨੇ ਜਿੱਤੇ। ਜੇਕਰ ਆਪਾਂ ਉਹਨਾਂ ਦੁਆਰਾ ਜਿੱਤੇ ਕੁਝ ਵੱਡੇ ਬਿਊਟੀ ਕੰਟੈਸਟ ਦੀ ਗੱਲ ਕਰੀਏ ਤਾਂ ਉਹਨੇ ਮਿਸ ਪੰਜਾਬਣ ਆਸਟ੍ਰੇਲੀਆ ਵਿਨਰ ਰਹੀ ਹੋ। ਇਸ ਤੋਂ ਬਿਨਾਂ ਸੰਨ 2006 ਵਿੱਚ ਉਹਨਾਂ ਨੇ ਮਿਸ ਵਰਲਡ ਪੰਜਾਬਣ ਜਿੱਤਿਆ। ਇਸ ਕੰਪੀਟੀਸ਼ਨ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ, ਕਿਉਂਕਿ ਇਸ ਕੰਟੈਸਟ ਨੂੰ ਜਿੱਤਣ ਤੋਂ ਬਾਅਦ ਉਹਨਾਂ ਨੂੰ ਮਨਮੋਹਨ ਸਿੰਘ ਤੇ ਹਰਭਜਨ ਮਾਨ ਦੀ ਫਿਲਮ ਮਿੱਟੀ ਵਾਜਾ ਮਾਰਦੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਤੋਂ ਬਾਅਦ ਜਪਜੀ ਖਹਿਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ, ਜਿਵੇਂ ਧਰਤੀ, ਫਿਰ ਮਾਮਲਾ, ਗੜਬੜ ਗੜਬੜ, ਸਿੰਘ ਵਰਸਿਸ ਕੌਰ, ਮਿੱਟੀ ਵਿਰਾਸਤ ਬੱਬਰਾਂ ਦੀ, ਕੁੜਮਾਈਆਂ, ਸਨ ਆਫ ਮਨਜੀਤ ਸਿੰਘ, ਅਰਦਾਸ ਤੇ ਇਸ ਤੋਂ ਬਿਨਾਂ ਵੀ ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਆ। ਜਪਜੀ ਖਹਿਰਾ ਦਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਡਾ ਨਾਮ ਆ, ਪਰ ਉਹ ਫਿਰ ਵੀ ਬਹੁਤ ਹੀ ਸਿਲੈਕਟਿਵ ਫਿਲਮਾਂ ਵਿੱਚ ਕੰਮ ਕਰਦੇ ਆ। ਉਹ ਹਰ ਇੱਕ ਫਿਲਮ ਵਿੱਚ ਆਪਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਕਾਫੀ ਵਾਰ ਉਹ ਕਾਫੀ ਲੰਬੇ ਗੈਪ ਤੋਂ ਬਾਅਦ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਜ਼ਰ ਆਉਂਦੇ ਆ। ਜੇਕਰ ਆਪਾਂ ਉਹਨਾਂ ਦੇ ਅਪਕਮਿੰਗ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਮੂਵੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਆ, ਜੋਰਾ ਦੀ ਸੈਕਿੰਡ ਚੈਪਟਰ ਦੀਪ ਸਿੱਧੂ ਨਾਲ ਇਹ ਫਿਲਮ ਆ ਰਹੀ ਆ। ਇਸ ਫਿਲਮ ਵਿੱਚ ਆਪਾਂ ਨੂੰ ਜਪਜੀ ਖਹਿਰਾ ਜੀ ਇੱਕ ਪੋਲੀਟੀਸ਼ੀਅਨ ਦਾ ਰੋਲ ਕਰਦੇ ਨਜ਼ਰ ਆਉਣਗੇ। ਦੋਸਤੋ, ਪਿਛਲੇ ਦਿਨੀ ਜਪਜੀ ਖਹਿਰਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਬਾਰੇ ਵੀ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਦੱਸਿਆ ਕਿ ਜੋ ਨਵੀਆਂ ਕੁੜੀਆਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਉਂਦੀਆਂ, ਕੁਝ ਜਿਹੜੇ ਪ੍ਰੋਡਿਊਸਰ ਜਾਂ ਡਾਇਰੈਕਟਰ ਹੁੰਦੇ ਆ ਉਹ ਕੁੜੀਆਂ ਦੇ ਨਾਲ ਧੱਕਾ ਕਰਦੇ ਆ ਜਾਂ ਉਹਨਾਂ ਦਾ ਗਲਤ ਫਾਇਦਾ ਉਠਾਉਂਦੇ ਆ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਕੁੜੀਆਂ ਨੂੰ ਬਚ ਕੇ ਰਹਿਣਾ ਚਾਹੀਦਾ, ਜੋ ਰੋਲ ਦੇਣ ਬਦਲੇ ਅਲੱਗ ਅਲੱਗ ਜਾਂ ਕੰਪਰੋਮਾਈਜ਼ ਲਈ ਉਹ ਡਿਮਾਂਡ ਕਰਦੇ ਆ। ਸੋ ਉਹਨਾਂ ਨੇ ਕਿਹਾ ਕਿ ਜੋ ਨਵੀਆਂ ਐਕਟਰੈਸ ਇਸ ਫਿਲਮ ਇੰਡਸਟਰੀ ਵਿੱਚ ਆ ਰਹੀਆਂ ਉਹਨਾਂ ਨੂੰ ਬਹੁਤ ਹੀ ਸੰਭਲ ਕੇ ਚੱਲਣਾ ਚਾਹੀਦਾ ਤੇ ਉਹਨਾਂ ਨੂੰ ਹਮੇਸ਼ਾ ਸੋਚਣਾ ਚਾਹੀਦਾ ਕਿ ਕਿਸੇ ਫਿਲਮ ਵਿੱਚ ਛੋਟਾ ਮੋਟਾ ਰੋਲ ਸਾਡੀ ਇੱਜ਼ਤ ਤੋਂ ਉੱਪਰ ਨਹੀਂ। ਇਸ ਦੇ ਨਾਲ ਹੀ ਜਪਜੀ ਖਹਿਰਾ ਨੇ ਇਹ ਵੀ ਕਿਹਾ ਕਿ ਹੁਣ ਉਹ ਸਮਾਂ ਵੀ ਆ ਗਿਆ ਜਦੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਹੈਸ਼ ਮੀ ਟੂ ਕੰਪੇਨ ਚੱਲਣਾ ਚਾਹੀਦਾ
ਜੇਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਕੁੜੀਆਂ ਨੂੰ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਆ ਤਾਂ ਜੋ ਸਾਡੀ ਪੰਜਾਬੀ ਫਿਲਮ ਇੰਡਸਟਰੀ ਹਮੇਸ਼ਾ ਦੀ ਤਰ੍ਹਾਂ ਸਾਫ਼ ਸੁਥਰੀ ਰਹਿ ਸਕੇ। ਸੋ ਦੋਸਤੋ, ਹੁਣ ਆਪਾਂ ਜਪਜੀ ਖਹਿਰਾ ਦੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਹਾਂ ਅਤੇ ਜਿਵੇਂ ਤੁਸੀਂ ਅਕਸਰ ਹੀ ਪੁੱਛਦੇ ਰਹਿੰਦੇ ਹੋ ਕਿ ਜਪਜੀ ਖਹਿਰਾ ਦੀ ਮੈਰਿਜ ਹੋਈ ਆ ਜਾਂ ਨਹੀਂ, ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਪਜੀ ਖਹਿਰਾ ਦੀ ਮੈਰਿਜ ਹੋ ਚੁੱਕੀ ਆ। ਉਹਨਾਂ ਦੇ ਹਸਬੈਂਡ ਦਾ ਨਾਮ ਆ ਜਸ ਪ੍ਰੇਮ ਢਿੱਲੋਂ, ਜਿਨ੍ਹਾਂ ਨੇ ਬੱਬੂ ਮਾਨ ਦੀ ਫਿਲਮ ਦੇਸੀ ਰੋਮੀਓਜ਼ ਵਿੱਚ ਵੀ ਸੰਨ 2012 ਵਿੱਚ ਕੰਮ ਕੀਤਾ ਸੀ। ਇਸ ਤੋਂ ਬਿਨਾਂ ਉਹ ਆਪਾਂ ਫਿਰ ਮਿਲਾਂਗੇ ਫਿਲਮ ਵਿੱਚ ਵੀ ਕੰਮ ਕਰ ਚੁੱਕੇ ਆ। ਦੋਸਤੋ ਤੁਹਾਨੂੰ ਦੱਸਦੀ ਕਿ ਜਸ ਪ੍ਰੇਮ ਢਿੱਲੋਂ ਇੱਕ ਬਹੁਤ ਹੀ ਵਧੀਆ ਐਕਟਰ ਆ ਅਤੇ ਹੁਣ ਗਿੱਪੀ ਗਰੇਵਾਲ ਦੀ ਜੋ ਫਿਲਮ ਆਉਣ ਵਾਲੀ ਆ ਇੱਕ ਸੰਧੂ ਹੁੰਦਾ ਸੀ ਉਸ ਵਿੱਚ ਵੀ ਉਹਨਾਂ ਦਾ ਚੰਗਾ ਰੋਲ ਆ ਅਤੇ ਨਾਲ ਦੀ ਨਾਲ ਪੋਸਤੀ ਫਿਲਮ ਵਿੱਚ ਵੀ ਉਹ ਇੱਕ ਚੰਗੀ ਭੂਮਿਕਾ ਵਿੱਚ ਨਜ਼ਰ ਆਉਣਗੇ। ਸੋ ਦੋਸਤੋ, ਇਹ ਸੀ ਜਪਜੀ ਖਹਿਰਾ ਦੀ ਬਾਇਓਗ੍ਰਾਫੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇਕਰ ਦੋਸਤੋ ਤੁਹਾਨੂੰ ਜਪਜੀ ਖਹਿਰਾ ਦੀ ਬਾਇਓਗ੍ਰਾਫੀ ਵਧੀਆ ਲੱਗੀ ਅਤੇ ਤੁਸੀਂ ਜਪਜੀ ਖਹਿਰਾ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਜਪਜੀ ਖਹਿਰਾ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਆ ਅਤੇ ਜੇਕਰ ਤੁਸੀਂ ਜਪਜੀ ਖਹਿਰਾ ਦੇ ਪੱਕੇ ਫੈਨ ਆ ਤਾਂ ਲਿਖੋ ਫੈਨ ਜਪਜੀ ਖਹਿਰਾ ਦੇ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਜਪਜੀ ਖਹਿਰਾ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕਣ ਅਤੇ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀ ਵੀਡੀਓਜ਼ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।